ਪੰਛੀਆਂ 'ਚ ਹਾਂ, ਅਤੇ ਮੈਨੂੰ ਇੱਕ ਬਹੁਤ ਹੀ ਅਜੀਬ ਚੀਜ਼ ਦੇਖੀ ਕਿ ਇੰਡੀਆ 'ਚ ਜਿੱਦਾਂ ਆਪਣੇ ਕਿਸਾਨਾਂ ਦੇ ਆਲੂ ਜਿਹੜੇ ਹਜ਼ਾਰ ਰੁਪਈਏ ਰੁਪਈਏ ਦੋ ਰੁਪਈਏ ਰੁਲਦੇ ਪਏ ਆ, ਤਾਂ ਇੱਥੇ ਰਸ਼ੀਆ 'ਚ ਦੇ ਲਓ ਆਲੂਆਂ ਦਾ ਰੇਟ ਹੈਗਾ ਵਾ 500 RP, 500 RP ਮਤਲਬ 500 ਰੂਬਲ ਹੈ ਕਿ ਨਹੀਂ ਆ, ਆਹ ਦੇ ਲਓ ਆਹ 10 ਕਾਲੂ ਆ, ਅਤੇ ਰੂਬਲ ਨੂੰ ਤਾਂ ਇੰਡੀਆ ਦੇ ਰੁਪਏ ਨੂੰ ਤੁਸੀਂ ਸੇਮ ਲਾ ਸਕਦੇ ਹੋ ਕਿ ਦੋਨੋਂ ਸੇਮ ਹੀ ਆ, ਰੁਪਈਏ ਅਤੇ ਰੂਬਲ, ਯਾਨੀ ਕਿ 500 ਰੁਪਏ 10 ਆਲੂ ਆ ਇੱਥੇ ਦੇਖ ਲਓ। ਇੰਡੀਆ ਦੇ ਆਪਣੇ ਕਿਸਾਨਾਂ ਦੇ ਰੁਲਾਉਂਦੇ ਆ। ਉਹ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਂਦਾ, ਇਹ ਹੈਗੇ ਆ ਸ਼ਲਗਮ। ਸ਼ਲਗਮ ਇਹਦਾ ਰੇਟ ਕਿੰਨਾ? 126 ਰੁਪਈਏ। ਆਹ ਸ਼ਲਗਮ ਜਿਹੜੇ ਹੈਗੇ 98 ਰੁਪਈਏ, ਇਹ 126 ਰੁਪਈਏ ਦੇਖ ਲਓ ਆਲੇ ਨਾਲੇ। ਹੋਰ ਤੁਹਾਨੂੰ ਇੱਕ ਚੀਜ਼ ਦਿਖਾਉਂਦਾ, ਜਿਹੜੀਆਂ ਚੀਜ਼ਾਂ ਇੰਡੀਆ 'ਚ ਨਹੀਂ ਖਾਂਦੇ, ਸ਼ਕਰਕੰਦੀ 490 ਰੁਪਏ ਦੀ ਆ, 489 ਦੀ ਸ਼ਕਰਕੰਦੀ। ਹੋਰ ਆ ਗੋਭੀ 300 ਰੁਪਏ ਦੀ।